ਹਾਂਜੀ ਜਦੋਂ ਫਟ ਜਾਂਦੀ ਹੈ ਨਾ ਫਿਰ ਆਪਾਂ ਨੂੰ ਡਰ ਲੱਗਦਾ ਕਿ ਟੁੱਟ ਨਾ ਜਾਵੇ ਇਹਦੀ ਮਜ਼ਬੂਤੀ ਵਾਸਤੇ ਅੱਜ ਮੈਂ ਵੀਡੀਓ ਬਣਾਈ ਹੈ ਕਿ ਕਿਸ ਤਰ੍ਹਾਂ ਆਪਾਂ ਅੱਗੇ ਚਲਾ ਸਕਦੇ ਹਾਂ ਮੈਂ ਤੁਹਾਨੂੰ ਇਹ ਦਿਖਾਇਆ ਹਾਂਡੀਆਂ ਪਤੀਲੇ ਕਿਸ ਤਰ੍ਹਾਂ ਇਹਨਾਂ ਦੀ ਮਜ਼ਬੂਤੀ ਕਰਨੀ ਹੈ ਤੁਸੀਂ ਐਵੇਂ ਹੀ ਕਰਿਆ ਜੇ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਸਲਾਮੁ ਅਲੈਕੁਮ ਅੱਜ ਮੈਂ ਵੀਡੀਓ ਬਣਾਈ ਹੈ ਤੁਹਾਡੇ ਵਾਸਤੇ ਮਿੱਟੀ ਦੇ ਬਰਤਨ ਜਿਹੜੇ ਫਟ ਜਾਂਦੇ ਨੇ ਉਹਨਾਂ ਦੀ ਮੁਰੰਮਤ ਕਰਨ ਵਾਸਤੇ ਕਿ ਉਹਨਾਂ ਦੀ ਮੁਰੰਮਤ ਕਿਵੇਂ ਕਰਨੀ ਆ ਉਹ ਕਿਸ ਤਰ੍ਹਾਂ ਦੇਰ ਤੱਕ ਚਲਾ ਸਕਦੇ ਹਾਂ ਆਪਾਂ ਅੱਗ 'ਤੇ ਰੱਖੀਏ ਜਾਂ ਗੈਸ 'ਤੇ ਰੱਖੀਏ ਉਹ ਫਿਰ ਖਰਾਬ ਨਹੀਂ ਹੋਣਗੇ ਇਹ ਦੇਖੋ ਫਟੀ ਹੋਈ ਹੈ ਹਾਂਡੀ ਸਾਰੀ ਇਹ ਹੁਣ ਅਸੀਂ ਅੱਗ 'ਤੇ ਰੱਖਾਂਗੇ ਸਾਨੂੰ ਖਤਰਾ ਹੋਏਗਾ ਟੁੱਟ ਨਾ ਜਾਵੇ ਇਹਦੀ ਮਜ਼ਬੂਤੀ ਵਾਸਤੇ ਅੱਜ ਮੈਂ ਵੀਡੀਓ ਬਣਾਈ ਹੈ ਕਿ ਕਿਸ ਤਰ੍ਹਾਂ ਆਪਾਂ ਅੱਗੇ ਚਲਾ ਸਕਦੇ ਹਾਂ ਅਸੀਂ ਹਾਂਡੀ ਦੀ ਮਜ਼ਬੂਤੀ ਵਾਸਤੇ ਕਰਨਾ ਕੀ ਹੈ ਕਿ ਸੀਮਟ ਲਿਆ ਜਿਹੜਾ ਆਪਾਂ ਇਹਨਾਂ ਦੇ ਨਾਲ ਕੋਠੀਆਂ ਮਕਾਨ ਬਣਾਉਣੇ ਉਹ ਸੀਮਟ ਆ ਇੱਕ ਕੌਲੀ ਸੀਮਟ ਹੈ ਵਧੀਆ ਸੀਮਟ ਲੈਣਾ ਹੈ ਤਾਜ਼ਾ ਤਾਜ਼ਾ ਜਿਹੜਾ ਪਿਆ ਹੋਵੇ ਸੀਮਟ ਉਹ ਫਿਰ ਚਿਪਕੇਗਾ ਨਹੀਂ ਇੱਕ ਕਟੋਰੀ ਸੀਮਟ ਇੱਕ ਕਟੋਰੀ ਰੇਤਾ ਹੈ ਅਗਰ ਸੀਮਟ ਤਾਜ਼ਾ ਹੈ ਤਾਂ ਰੇਤਾ ਪਾ ਲਓ ਅਗਰ ਤਾਜ਼ਾ ਨਹੀਂ ਹੈ ਤਾਂ ਫਿਰ ਇਕੱਲਾ ਸੀਮਟ ਹੀ ਤੁਸੀਂ ਚਲਾ ਲਓ ਇਹਦੇ 'ਚ ਥੋੜ੍ਹਾ ਜਿਹਾ ਪਾਉਣਾ ਪਾਣੀ ਫਿਰ ਅੱਛੀ ਤਰ੍ਹਾਂ ਹੱਲ ਕਰਨਾ ਹੈ ਵੇਖੋ ਇੰਨਾ ਪਤਲਾ ਅਸੀਂ ਕਰ ਲਿਆ ਅਗਰ ਲੱਗੇ ਤੁਹਾਨੂੰ ਕਿ ਜ਼ਿਆਦਾ ਪਤਲਾ ਹੈ ਫਿਰ ਤੁਸੀਂ ਇਹਦੇ ਵਿੱਚ ਸੀਮਟ ਹੋਰ ਥੋੜ੍ਹਾ ਜਿਹਾ ਪਾ ਸਕਦੇ ਹੋ ਇਹ ਸੁੱਕੀ ਹੈ ਨਾ ਹਾਂਡੀ ਇਹਨੂੰ ਗਿੱਲੀ ਕਰਨ ਵਾਸਤੇ ਕੱਪੜਾ ਗਿੱਲਾ ਲੈ ਲੈਣਾ ਉਹਦੇ ਨਾਲ ਗਿੱਲਾ ਕਰਨਾ ਹੈ ਗਿੱਲਾ ਕਰਕੇ ਪਤੀਲਾ ਹੈ ਜਾਂ ਹਾਂਡੀ ਹੈ ਮਿੱਟੀ ਦੀ ਕੋਈ ਵੀ ਮਿੱਟੀ ਦਾ ਬਰਤਨ ਹੈ ਉਹਨੂੰ ਪਹਿਲੇ ਗਿੱਲਾ ਕਰਨਾ ਤੁਸੀਂ ਜਾਂ ਥੋੜ੍ਹਾ ਜਿਹਾ ਇੰਝ ਪਾਣੀ ਲਾ ਕੇ ਇਸ ਤਰ੍ਹਾਂ ਕਰਕੇ ਇਹਨੂੰ ਗਿੱਲਾ ਕਰਾਂਗੇ ਫਿਰ ਚਿਪਕੇਗਾ ਇਸ ਤਰ੍ਹਾਂ ਅਸੀਂ ਸਾਰੀ ਹਾਂਡੀ ਨੂੰ ਸੀਮਟ ਕਰ ਲੈਣਾ ਫਿਰ ਇਹ ਧੁੱਪੇ ਰੱਖ ਦਿਆਂਗੇ ਅੱਗੇ ਮੈਂ ਇੱਕ ਪਤੀਲਾ ਹੈ ਮੇਰਾ ਮਿੱਟੀ ਦਾ ਉਹਨੂੰ ਮੈਂ ਇਸੇ ਤਰ੍ਹਾਂ ਹੀ ਸੀਮਟ ਕਰਕੇ ਉਹਦੇ 'ਚ ਹਾਂਡੀ ਪਕਾਉਣੀ ਹੁੰਦੀ ਹੈ ਇਹ ਤੁਸੀਂ ਭਾਵਾਂ ਗੈਸ 'ਤੇ ਰੱਖ ਲਓ ਤੇਜ਼ ਅੱਗ 'ਤੇ ਰੱਖ ਲਓ ਇਹਦਾ ਕੋਈ ਖਤਰਾ ਨਹੀਂ ਜਿਹੜੀ ਨਵੀਂ ਚੀਜ਼ ਲਿਆਉਂਦੇ ਹਾਂ ਆਪਾਂ ਪਤੀਲਾ ਲਿਆਉਂਦੇ ਹਾਂ ਉਹਨੂੰ ਪਹਿਲਾਂ ਹੀ ਤੁਸੀਂ ਲਾ ਲਓ ਫਟਣ ਤੋਂ ਪਹਿਲੇ ਉਹ ਵੀ ਸਹੀ ਹੈ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਇਸ ਤੋਂ ਬਾਅਦ ਜਦੋਂ ਇਹ ਸੁੱਕ ਗਿਆ ਫਿਰ ਤੁਸੀਂ ਇਹਦੇ 'ਤੇ ਗਾਚੀ ਦਾ ਲੇਪ ਕਰ ਦੇਣਾ ਹੈ ਜਦੋਂ ਵੀ ਹਾਂਡੀ ਪਕਾਉਣੀ ਹੈ ਗਾਚੀ ਦਾ ਲੇਪ ਕਰ ਦਿਓ ਆਹ ਦੇਖੋ ਅਸੀਂ ਇਹਦੇ ਨਾਲ ਕਾਂਡੀ ਨਾਲ ਜਿਹੜਾ ਜਿਹਦੇ ਨਾਲ ਆਪਾਂ ਮਕਾਨ ਬਣਾਈਦੇ ਆ ਫਰਸ਼ ਲਾਈਦੇ ਆ ਉਹਦੇ ਨਾਲ ਆ ਪਹਿਲਾਂ ਮੈਂ ਲਾਇਆ ਹੁਣ ਮੈਂ ਤੁਹਾਨੂੰ ਹੱਥ ਨਾਲ ਵੀ ਲਾ ਕੇ ਵਿਖਾਉਂਦੀ ਹਾਂ ਵੇਖੋ ਪੂਰੀ ਹਾਂਡੀ ਨੂੰ ਲੱਗ ਗਿਆ ਹੱਥ ਕਰਕੇ ਪਾਣੀ ਦਾ ਇੱਕ ਦਿਨ 'ਚ ਸੁੱਕ ਜਾਏਗਾ ਜਦੋਂ ਇਹ ਸੁੱਕ ਗਿਆ ਨਾ ਫਿਰ ਇਹਦੇ 'ਚ ਬਾਅਦ 'ਚ ਪਾਣੀ ਲਾਉਣਾ ਹੈ ਵੇਖੋ ਸਫਾਈ ਆ ਗਈ ਹੁਣ ਅਸੀਂ ਇਹਨੂੰ ਧੁੱਪੇ ਰੱਖ ਦਿੰਦੇ ਹਾਂ ਇਹ ਵੇਖੋ ਮੈਂ ਹੱਥ ਨਾਲ ਕੀਤਾ ਇੱਕ ਕੌਲੀ ਸੀ ਸੀਮਟ ਦੀ ਇੱਕ ਰੇਤਾ ਦੀ ਅਤੇ ਹਾਂਡੀ ਨੂੰ ਲੱਗ ਗਿਆ ਖਤਮ ਹੋ ਗਿਆ ਜਿਹੜਾ ਮੈਂ ਪਤੀਲੇ 'ਚ ਲਾਇਆ ਹੋਇਆ ਇਸ ਤੋਂ ਪਹਿਲੇ ਉਹ ਮੈਂ ਤੁਹਾਨੂੰ ਦਿਖਾਉਂਦੀ ਹਾਂ ਇਹ ਦੇਖੋ ਇਹਨੂੰ ਮੈਂ ਲਾਇਆ ਸੀਮਟ ਲਾਇਆ ਇਹ ਵੀ ਤਿੜਕਿਆ ਹੋਇਆ ਸੀ ਪਤੀਲਾ ਮੇਰਾ ਵੇਖੋ ਇਹ ਵਿੱਚੋਂ ਤਿੜਕਿਆ ਹੈ ਨਾ ਇਹਨੂੰ ਵੀ ਮੈਂ ਸੀਮਟ ਕੀਤਾ ਵੇਖੋ ਇਹਦੇ ਉੱਤੇ ਮੈਂ ਉਹ ਮੇਰੇ ਕੋਲ ਗਾਚੀ ਪਈ ਹੈ ਪਾਣੀ ਪਾ ਕੇ ਇਹਦੇ ਉੱਤੇ ਮੈਂ ਲੇਪ ਕਰਦੀ ਹਾਂ ਇਹ ਗਾਚੀ ਇਹਨੂੰ ਗਿੱਲਾ ਕਰਦੇ ਹਾਂ ਪਾਣੀ ਪਾ ਕੇ ਇਹ ਤੁਹਾਨੂੰ ਮੈਂ ਆਹ ਪਹਿਲੇ ਸੀਮਟ ਲੱਗਿਆ ਗਾਚੀ ਲਾ ਕੇ ਵਹਾਉਣੀ ਹੈ ਬਸ ਇਹਨੂੰ ਇਹ ਗਾਚੀ ਦਾ ਲੇਪ ਕਰਨਾ ਹੈ ਇਹ ਗਾਚੀ ਦਾ ਲੇਪ ਤਾਂ ਕਰੀਦਾ ਹੈ ਖੂਬਸੂਰਤੀ ਹੋ ਜਾਂਦੀ ਹੈ ਬਰਤਨ ਦੀ ਖੂਬਸੂਰਤੀ ਵੱਧ ਜਾਂਦੀ ਫਿਰ ਜਦੋਂ ਵੀ ਤੁਸੀਂ ਹਾਂਡੀ ਚੁੱਕਣੀ ਹੈ ਨਾ ਚੁੱਲ੍ਹੇ ਦੇ ਉੱਤੋਂ ਗਰਮ ਗਰਮ ਡਾਇਰੈਕਟ ਥੱਲੇ ਫਰਸ਼ ਦੇ ਉੱਤੇ ਆਪਾਂ ਹਾਂਡੀ ਇਹ ਪਤੀਲਾ ਹੋਇਆ ਜਾਂ ਹਾਂਡੀ ਹੋਈ ਨਹੀਂ ਰੱਖਣਾ ਕੋਈ ਵੀ ਚੀਜ਼ ਹੈ ਨਾ ਗੋਲ ਫਾਲਤੂ ਛਾਲਣੀ ਜਿਸ ਤਰ੍ਹਾਂ ਟੁੱਟ ਜਾਂਦੀ ਮੈਂ ਤੁਹਾਨੂੰ ਦਿਖਾਉਂਦੀ ਹਾਂ ਉਹਦੇ ਉੱਤੇ ਹਾਂਡੀ ਰੱਖਣੀ ਇਹ ਸਾਡੇ ਕੋਲ ਫਾਲਤੂ ਛਾਲਣੀ ਟੁੱਟੀ ਹੋਈ ਆ ਇਹਦੇ ਉੱਤੇ ਤੁਸੀਂ ਇੰਝ ਕਰਕੇ ਹਾਂਡੀ ਰੱਖੋਗੇ ਨਾ ਚੁੱਲ੍ਹੇ ਤੋਂ ਲਾ ਕੇ ਅਤੇ ਫਿਰ ਫਟਦੀ ਨਹੀਂ ਹਾਂਡੀ ਫਟੇਗੀ ਨਹੀਂ ਇਹ ਵੀ ਅਸੀਂ ਹੁਣ ਲੈ ਦੇ ਲਿਆ ਇਹਨੂੰ ਗਾਚੀ ਦਾ ਇਹਨੂੰ ਵੀ ਅਸੀਂ ਧੁੱਪੇ ਰੱਖਦੇ ਹਾਂ ਆਹ ਸਾਡਾ ਪਤੀਲਾ ਨਵਾਂ ਅਸੀਂ ਅੱਗ 'ਤੇ ਨਹੀਂ ਅਜੇ ਰੱਖਿਆ ਇਹ ਤੁਹਾਨੂੰ ਦਿਖਾਉਣੀ ਹੈ ਕਿ ਨਵੇਂ ਨੂੰ ਹੀ ਅਸੀਂ ਲਾ ਲੈਣਾ ਸੀਮਟ ਇਹਦੇ 'ਚ ਪਾਣੀ ਪਾ ਕੇ ਰੱਖਿਆ ਅਸੀਂ ਇਹ ਵੇਖੋ ਇਹ ਨਹੀਂ ਨਾ ਤਿੜਕਿਆ ਇਹਨੂੰ ਪਹਿਲਾਂ ਗਿੱਲਾ ਕਰ ਲੈਣਾ ਜਿਹੜਾ ਪਹਿਲੇ ਮਟੀਰੀਅਲ ਬਣਾਇਆ ਸੀ ਉਹ ਹੋ ਗਿਆ ਖਤਮ ਹੁਣ ਮੈਂ ਇਹਦੇ ਵਾਸਤੇ ਹੋਰ ਬਣਾਉਣੀ ਹੈ
ਸਾਡਾ ਵੱਡਾ ਪਤੀਲਾ ਫਟਿਆ ਸੀ, ਉਹਦੀ ਵੀ ਅਸੀਂ ਮਜ਼ਬੂਤੀ ਕਰ ਲਈ ਸੀ। ਸੀਮਟ ਲਾ ਕੇ ਹਾਂਡੀ ਫਟੀ ਸੀ, ਟੁੱਟੀ ਸੀ, ਤੜਕੀ ਸੀ, ਉਹ ਵੀ ਅਸੀਂ ਮਜ਼ਬੂਤੀ ਕਰ ਲਈ। ਇਹ ਹੁਣ ਨਵਾਂ ਅਸੀਂ ਇਹਨੂੰ ਪਹਿਲੇ ਹੀ ਕਵਰ ਕਰ ਲੈਂਦੇ ਹਾਂ। ਇੰਨੇ ਮਹਿੰਗੇ ਹਾਂਡੀਆਂ ਪਤੀਲੇ ਲਿਆ ਲਿਆ ਕੇ ਅਤੇ ਫਿਰ ਉਹ ਜਦੋਂ ਫਟ ਜਾਂਦੇ ਨੇ, ਖਰਾਬ ਹੋ ਜਾਂਦੇ ਨੇ, ਟੁੱਟ ਜਾਂਦੇ ਨੇ, ਫਿਰ ਦਿਲ ਨੂੰ ਕੁਛ ਹੁੰਦਾ ਹੈ, ਫਿਰ ਮਿਲਦੇ ਵੀ ਨਹੀਂ ਬਾਜ਼ ਵਕਤ ਜਲਦੀ। ਇੰਨੇ ਮਹਿੰਗੇ ਨੇ, ਉਹ ਇਹਦੀ ਹਿਫਾਜ਼ਤ ਕਰਨ ਵਾਸਤੇ ਤੁਸੀਂ ਇਹ ਸੀਮਟ ਕਰ ਲਓ। ਇਹ ਪਤੀਲਾ ਵੀ ਲੱਗ ਗਿਆ ਸਾਡਾ ਸੀਮਟ, ਹੁਣ ਅਸੀਂ ਉਹ ਦੂਸਰਾ ਉਹਦੇ 'ਤੇ ਲਾਵਾਂਗੇ। ਲਾ ਕੇ ਜਦੋਂ ਇਹ ਹਾਂਡੀ ਸੁੱਕ ਗਈਆਂ, ਪਤੀਲੇ ਹਾਂਡੀ ਸੁੱਕ ਗਈਆਂ ਨਾ, ਸੀਮਟ ਸੁੱਕ ਗਿਆ, ਫਿਰ ਵੀ ਅਸੀਂ ਤੁਹਾਨੂੰ ਵਿਖਾਵਾਂਗੇ। ਇਹ ਵੇਖੋ, ਇਹ ਸਾਈਡਾਂ ਤੋਂ ਖਰਾਬ ਹੋ ਗਿਆ ਨਾ ਸੀਮਟ ਲਾ ਕੇ, ਫਿਰ ਤੁਸੀਂ ਕੱਪੜਾ ਗਿੱਲਾ ਕਰਕੇ ਇਹਨੂੰ ਹਾਂਡੀ ਨੂੰ ਸਾਫ਼ ਕਰ ਲਓ। ਸੀਮਟ ਅਤੇ ਰੇਤਾ ਰਲਾ ਕੇ ਮੈਂ ਹਾਂਡੀ ਨੂੰ ਲਾਇਆ ਨਾ, ਇਹ ਇਹਨੂੰ ਨਹੀਂ ਤਰੇੜ ਆਈ। ਅਗਰ ਤਰੇੜ ਆ ਵੀ ਜਾਏ ਨਾ, ਇਸ ਤਰ੍ਹਾਂ ਕਰਕੇ ਤਰੇੜਾਂ ਆ ਜਾਂਦੀਆਂ ਹੁੰਦੀਆਂ ਸੀਮਟ ਅਤੇ ਰੇਤਾ ਦੀਆਂ, ਇਹ ਵਾਲਾ ਜਿਵੇਂ ਇਹ ਆਈਆਂ, ਅਤੇ ਇਹ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ। ਇਹਦੇ ਵਿੱਚ ਇਕੱਲਾ ਥੋੜ੍ਹਾ ਜਿਹਾ ਸੀਮਟ ਲੈ ਕੇ ਕੌਲੀ 'ਚ ਘੋਲ ਕੇ ਅਤੇ ਟਾਕੀ ਨਾਲ ਉੱਤੇ ਲਾ ਦੇਣਾ। ਇਹ ਵੇਖੋ ਜਿਸ ਤਰ੍ਹਾਂ ਇਕੱਲਾ ਸੀਮਟ ਹੈ, ਪੋਚੇ ਤਰ੍ਹਾਂ, ਜਿਸ ਤਰ੍ਹਾਂ ਮਿੱਟੀ ਦਾ ਪੋਚਾ ਹੁੰਦਾ, ਇਹਨੂੰ ਟਾਕੀ ਨਾਲ ਇੰਜਰ ਲਬੇੜ ਕੇ ਇਹਨੂੰ ਉੱਤੇ ਲੇਪ ਕਰ ਦੇਣਾ ਇਸ ਤਰ੍ਹਾਂ। ਇਹ ਫਿਰ ਜਿਹੜੀ ਤਰੇੜ ਆਈ ਨਾ, ਉਹਦੇ ਵਿੱਚ ਇਹ ਚਲਾ ਜਾਏਗਾ। ਫਿਰ ਇਹਨੂੰ ਹਰ ਘੰਟੇ ਬਾਅਦ, ਜਦੋਂ ਸੀਮਟ ਲਾਇਆ ਹੈ ਨਾ ਪਤੀਲੀ ਦੇ ਉੱਤੇ, ਹਰ ਘੰਟੇ ਬਾਅਦ ਇਹਨੂੰ ਪਾਣੀ ਲਾਉਣਾ ਜ਼ਰੂਰੀ ਹੈ, ਫਿਰ ਨਹੀਂ ਇਹ ਫਟਦਾ। ਇਹ ਵੇਖੋ, ਇਹ ਹਰ ਘੰਟੇ ਬਾਅਦ ਇਹਨੂੰ ਪਾਣੀ ਲਾਉਣਾ ਹੈ। ਖਤਮ ਹੋ ਗਿਆ ਨਾ ਤਰੇੜਾਂ, ਫਿਰ ਗਾਚੀ ਦਾ ਪੋਚਾ ਆਵੇਗਾ, ਫਿਰ ਹੋਰ ਮਜ਼ਬੂਤ ਹੋ ਜਾਏਗਾ। ਇਸ ਤਰ੍ਹਾਂ ਇਹਨੂੰ ਪਾਣੀ ਲਾਉਣਾ ਹਰ ਘੰਟੇ ਬਾਅਦ, ਹਰ ਘੰਟੇ ਬਾਅਦ, ਫਿਰ ਇਹ ਪੱਕਾ ਹੋਏਗਾ ਸੀਮਟ। ਬਿਲਕੁਲ ਇਹਨੂੰ ਕੋਈ ਨਹੀਂ, ਆ ਜੰਮ ਗਿਆ। ਆ ਵੇਖੋ, ਸੁਬਾ ਲਾਇਆ ਸੀਮਟ, ਹੁਣ ਪੱਕਾ ਹੋ ਗਿਆ। ਦੇਖਿਆ, ਮੈਂ ਤੁਹਾਨੂੰ ਦਿਖਾਇਆ ਹੈ ਕਿ ਮਜ਼ਬੂਤੀ ਕਿਸ ਤਰ੍ਹਾਂ ਕਰਨੀ ਹੈ ਮਿੱਟੀ ਦੇ ਬਰਤਨਾਂ ਦੀ। ਜਿਹੜੇ ਬਰਤਨ ਆ ਨਾ ਤੁਸੀਂ ਇਹ ਮਿੱਟੀ ਦੇ, ਇਹ ਆਪਾਂ ਜਦੋਂ ਤਰੇਲ 'ਚ ਰੱਖ ਦਿੰਦੇ ਹਾਂ, ਕੋਰੇ 'ਚ ਰੱਖ ਦਿੰਦੇ ਹਾਂ, ਰਾਤ ਨੂੰ ਬਾਹਰ ਪੈ ਰਹਿੰਦੇ ਨੇ ਨਾ, ਉਦੋਂ ਇਹ ਜਿਹੜੇ ਇਹ ਵਾਲੀਆਂ ਚੀਜ਼ਾਂ ਹੈ ਨਾ, ਇਹ ਬਰਤਨ ਇਹ ਵੀ ਖਰਾਬ ਹੋ ਜਾਂਦੇ ਨੇ ਕੋਰੇ ਦੇ ਵਿੱਚ ਆ ਕੇ ਨਾ, ਅਤੇ ਇਹਨਾਂ ਦਾ ਉੱਤੋਂ ਨਿਕਲ ਲੈ ਜਾਂਦਾ। ਇਹਨਾਂ ਨੂੰ ਕੋਰੇ ਤੋਂ ਵੀ ਬਚਾ ਕੇ ਰੱਖਣਾ ਚਾਹੀਦਾ, ਗਰਮੀਆਂ ਦੀ ਧੁੱਪ 'ਚੋਂ ਵੀ ਬਚਾ ਕੇ ਰੱਖਣਾ ਚਾਹੀਦਾ, ਫਿਰ ਇਹ ਬਰਤਨ ਖਰਾਬ ਨਹੀਂ ਹੁੰਦਾ। ਅਤੇ ਇਹ ਹੁਣ ਤੁਸੀਂ ਵੇਖਿਆ ਨਾ, ਮੈਂ ਤੁਹਾਨੂੰ ਇਹ ਦਿਖਾਇਆ ਹਾਂਡੀਆਂ ਪਤੀਲੇ ਕਿਸ ਤਰ੍ਹਾਂ ਇਹਨਾਂ ਦੀ ਮਜ਼ਬੂਤੀ ਕਰਨੀ ਹੈ, ਤੁਸੀਂ ਇਵੇਂ ਹੀ ਕਰਿਆ ਜੇ ਮੇਰੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਏਗੀ। ਅੱਗੇ ਸ਼ੇਅਰ ਕਰਨਾ, ਮੇਰੀ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਅਗਲੀ ਵੀਡੀਓ ਤੱਕ ਅੱਲਾ ਹਾਫਿਜ਼। ਮੇਰੀ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਮੇਰੀ ਵੀਡੀਓ ਤੁਹਾਨੂੰ ਪਸੰਦ ਆਏਗੀ। ਅਗਲੀ ਵੀਡੀਓ ਤੱਕ ਅੱਲਾ ਹਾਫਿਜ਼।